ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਦੋਸਤੋ, ਅੱਜ ਮੈਂ ਤੁਹਾਨੂੰ ਦੱਸਾਂਗਾ ਪੰਜਾਬ ਆਂਗਣਵਾੜੀ ਅਤੇ ਪੰਜਾਬ ਰੋਡਵੇਜ਼ ਵਿੱਚ ਕੀ ਐਲੀਜੀਬਿਲਿਟੀ ਹੁੰਦੀ ਹੈ, ਕਿੱਦਾਂ ਤੁਸੀਂ ਅਪਲਾਈ ਕਰਨਾ ਹੈ, ਕਦੋਂ ਤੋਂ ਅਪਲਾਈ ਕਰਨਾ ਹੈ, ਤੁਹਾਨੂੰ ਮੈਂ ਸਾਰਾ ਡਿਟੇਲ ਵਿੱਚ ਦੱਸਾਂਗਾ। ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ। ਔਰ ਪੰਜਾਬ ਅਤੇ ਚੰਡੀਗੜ੍ਹ ਵਿੱਚ ਫਰੈਸ਼ਰ ਕੈਂਡੀਡੇਟਸ ਲਈ ਪਟਵਾਰੀ ਦੀ ਭਰਤੀ ਆ ਗਈ ਹੈ, ਜਲਦੀ ਤੋਂ ਜਲਦੀ ਅਪਲਾਈ ਕਰ ਲਿਓ। ਮੈਂ ਆਪਣੇ ਦੂਜੇ ਚੈਨਲ 'ਤੇ ਵੀਡੀਓ ਅਪਲੋਡ ਕਰਕੇ ਹੁਣੇ ਆਇਆ ਜਸਟ, ਉਸ ਵੀਡੀਓ ਦਾ ਲਿੰਕ ਵੀ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜੂਗਾ। ਉਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ। ਜੇਕਰ ਤੁਸੀਂ ਪਹਿਲੀ ਵਾਰ ਚੈਨਲ 'ਤੇ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਦੋਨੋਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਕਿਉਂਕਿ ਮੈਂ ਹਮੇਸ਼ਾ ਹਰ ਇੱਕ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਦੇਣਾ। ਤਾਂ ਚਲੋ ਹੁਣ ਗੱਲ ਕਰਦੇ ਹਾਂ ਰਿਕਰੂਟਮੈਂਟ ਦੀ। ਸਭ ਤੋਂ ਪਹਿਲਾਂ ਗੱਲ ਕਰਾਂਗੇ ਆਂਗਨਵਾੜੀ ਲਈ ਪੰਜਾਬ 'ਚ ਕੀ ਐਲੀਜੀਬਿਲਿਟੀ ਹੁੰਦੀ ਹੈ, ਕਦੋਂ ਤੁਸੀਂ ਅਪਲਾਈ ਕਰ ਸਕਦੇ ਹੋ। ਦੋਸਤੋ, ਕੰਡਕਟਿੰਗ ਬੋਡੀ ਦੀ ਗੱਲ ਕਰੀਦਾ, ਜਿਹੜਾ ਤੁਹਾਡਾ ਐਗਜ਼ਾਮ ਕੰਡਕਟ ਕਰਾਏਗੀ ਉਹਦਾ ਨਾਮ ਹੈ ਮਿਨਿਸਟਰੀ ਆਫ ਵੂਮੈਨ ਐਂਡ ਚਾਈਲਡ ਡਿਵੈਲਪਮੈਂਟ WCD, ਅਤੇ ਡਿਪਾਰਟਮੈਂਟ ਹੈਗਾ ਇੰਟੀਗ੍ਰੇਟਿਡ ਚਾਈਲਡ ਡਿਵੈਲਪਮੈਂਟ ਸਰਵਿਸ ICDS। ਸਟੇਟ ਗਵਰਨਮੈਂਟ ਦੀ ਜੋਬ ਹੈ, ਏਜ ਲਿਮਿਟ ਦੀ ਗੱਲ ਕਰੀ ਤਾਂ ਮਿਨੀਮਮ ਏਜ ਲਿਮਿਟ 18 ਈਅਰਸ ਹੋਣੀ ਚਾਹੀਦੀ ਹੈ ਅਤੇ ਮੈਕਸੀਮਮ ਏਜ ਲਿਮਿਟ 45 ਈਅਰਸ ਹੋਣੀ ਚਾਹੀਦੀ ਹੈ। ਅਤੇ ਕੈਟਾਗਰੀ ਵਾਈਜ਼ ਤੁਹਾਨੂੰ ਏਜ 'ਚ ਰਿਲੈਕਸੇਸ਼ਨ ਦਿੱਤਾ ਜਾਊਗਾ। ਐਜੂਕੇਸ਼ਨ ਕੁਆਲੀਫਿਕੇਸ਼ਨ, ਜਿਹੜੇ ਵੀ ਕੈਂਡੀਡੇਟਸ ਨੇ 8th ਕਲਾਸ ਪਾਸ ਕਰ ਰੱਖੀ ਹੈ, 10th ਕਲਾਸ ਪਾਸ ਕਰ ਰੱਖੀ ਹੈ ਅਤੇ 12th ਕਲਾਸ ਪਾਸ ਕਰ ਸਕੀ ਹੈ, ਔਰ ਇਸ ਤੋਂ ਇਲਾਵਾ ਜਿਹੜੇ ਵੀ ਗ੍ਰੈਜੂਏਟ ਕੈਂਡੀਡੇਟਸ ਹੈ ਉਹ ਸਾਰੇ ਕੈਂਡੀਡੇਟਸ ਅਪਲਾਈ ਕਰ ਸਕਦੇ ਨੇ। ਠੀਕ ਹੈ, ਬੋਇਜ਼ ਐਂਡ ਗਰਲਸ ਬੋਥ ਕੈਂਡੀਡੇਟਸ ਅਪਲਾਈ ਕਰ ਸਕਦੇ ਨੇ। ਹੁਣ ਗੱਲ ਕਰਦੇ ਹਾਂ ਦੋਸਤੋ ਪੋਸਟਾਂ ਦੀ, ਅਤੇ ਪੋਸਟਾਂ ਦੀ ਗੱਲ ਕਰੀ ਤਾਂ ਆਂਗਨਵਾੜੀ ਸੁਪਰਵਾਈਜ਼ਰ ਦੀ ਪੋਸਟ, ਆਂਗਨਵਾੜੀ ਅਸਿਸਟੈਂਟ ਦੀ ਪੋਸਟ, ਆਂਗਨਵਾੜੀ ਵਰਕਰ ਦੀ ਪੋਸਟ ਅਤੇ ਆਂਗਨਵਾੜੀ ਹੈਲਪਰ ਦੀ ਪੋਸਟ ਹੈ। ਸੁਪਰਵਾਈਜ਼ਰ ਦੀ, ਅਸਿਸਟੈਂਟ ਦੀ, ਵਰਕਰ ਦੀ ਅਤੇ ਹੈਲਪਰ ਦੀ ਪੋਸਟ। ਟੋਟਲ ਵੈਕੈਂਸੀ ਦੀ ਗੱਲ ਕਰੀ ਤਾਂ ਬਹੁਤ ਸਾਰੀ ਵੈਕੈਂਸੀਆਂ ਨੇ, ਅਤੇ ਲੋਕੇਸ਼ਨ ਤੁਹਾਡੀ ਪੰਜਾਬ ਵਿੱਚ ਰਹੇਗੀ, ਬਟ ਆਲ ਓਵਰ ਇੰਡੀਆ ਸੇ ਕੈਂਡੀਡੇਟਸ ਅਪਲਾਈ ਕਰ ਸਕਦੇ ਨੇ। ਅਪਲਾਈ ਤੁਸੀਂ ਆਫਲਾਈਨ ਵੀ ਕਰ ਸਕਦੇ ਹੋ, ਔਨਲਾਈਨ ਵੀ ਕਰ ਸਕਦੇ ਹੋ। ਜਦੋਂ ਆਫੀਸ਼ੀਅਲ ਨੋਟੀਫਿਕੇਸ਼ਨ ਆਏਗਾ ਉਦੋਂ ਤੁਹਾਨੂੰ ਪਤਾ ਲੱਗ ਜੂਗਾ। ਇਸ ਤੋਂ ਇਲਾਵਾ ਸਿਲੈਕਸ਼ਨ ਪ੍ਰੋਸੀਜਰ ਦੀ ਗੱਲ ਕਰੀਏ ਤਾਂ ਰਿਟਨ ਐਗਜ਼ਾਮੀਨੇਸ਼ਨ ਹੋਏਗਾ, ਉਸ ਤੋਂ ਬਾਅਦ ਤੁਹਾਡਾ ਪਰਸਨਲ ਇੰਟਰਵਿਊ ਹੋਗਾ, ਦੈਨ ਡਾਕੂਮੈਂਟ ਵੈਰੀਫਿਕੇਸ਼ਨ ਹੋਗਾ। ਹੁਣ ਗੱਲ ਕਰਦੇ ਹਾਂ ਦੋਸਤੋ ਪੰਜਾਬ ਰੋਡਵੇਜ਼ ਦੀ ਪੋਸਟ ਕੀ, ਐਲੀਜੀਬਿਲਿਟੀ ਕੀ ਹੈ, ਅਪਲਾਈ ਕਿੱਦਾਂ ਕਰਨਾ, ਅਤੇ ਏਜ ਲਿਮਿਟ ਕੀ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਪੋਸਟਾਂ ਦੀ ਗੱਲ ਕਰੀਏ, ਟੋਟਲ ਪੋਸਟ ਦੀ ਗੱਲ ਕਰੀਏ ਤਾਂ 1750 1750 ਪੋਸਟ ਨੇ। ਤੁਸੀਂ ਔਨਲਾਈਨ ਅਪਲਾਈ ਕਰਨਾ ਹੈ ਪੰਜਾਬ ਰੋਡਵੇਜ਼ ਦੀ ਵੈਬਸਾਈਟ 'ਤੇ ਜਾ ਕੇ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜੂਗਾ। ਹੁਣ ਗੱਲ ਕਰਦੇ ਹਾਂ ਏਜ ਲਿਮਿਟ ਦੀ, ਜਿਹੜੇ ਵੀ ਕੈਂਡੀਡੇਟਸ ਦੀ ਮਿਨੀਮਮ ਏਜ 21 ਈਅਰਸ ਹੈ ਉਹ ਸਾਰੇ ਕੈਂਡੀਡੇਟਸ ਅਪਲਾਈ ਕਰ ਸਕਦੇ ਨੇ, ਅਤੇ ਮੈਕਸੀਮਮ ਏਜ 35 ਈਅਰਸ ਹੈ। ਇਟ ਮੀਨਸ 21 ਈਅਰਸ ਤੋਂ ਲੈ ਕੇ 35 ਈਅਰਸ ਤੱਕ ਜਿੰਨੇ ਵੀ ਕੈਂਡੀਡੇਟਸ ਦੀ ਏਜ ਹੈ ਉਹ ਸਾਰੇ ਕੈਂਡੀਡੇਟਸ ਅਪਲਾਈ ਕਰ ਸਕਦੇ ਨੇ, ਅਤੇ ਹਰ ਕੈਟਾਗਰੀ ਵਾਈਜ਼ ਤੁਹਾਨੂੰ ਏਜ 'ਚ ਰਿਲੈਕਸੇਸ਼ਨ ਦਿੱਤਾ ਜਾਊਗਾ। ਲਾਈਕ SC ਕੈਟਾਗਰੀ, ST, OBC, PWD, ਫਿਜ਼ੀਕਲ ਹੈਂਡੀਕੈਪ ਕੈਟਾਗਰੀ ਨੂੰ ਏਜ 'ਚ ਰਿਲੈਕਸੇਸ਼ਨ ਦਿੱਤਾ ਜਾਏਗਾ ਐਜ਼ ਪਰ ਗੌਰਮੈਂਟ ਰੂਲ। ਮੈਂ ਆਲਰੇਡੀ ਦੱਸ ਚੁੱਕਿਆ ਕਿ ਤੁਸੀਂ ਔਨਲਾਈਨ ਅਪਲਾਈ ਕਰਨਾ, ਜਿੰਨੇ ਵੀ ਐਲੀਜੀਬਲ ਕੈਂਡੀਡੇਟਸ ਹੈ ਉਹ ਸਾਰੇ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ 'ਤੇ ਜਾ ਕੇ ਔਨਲਾਈਨ ਅਪਲਾਈ ਕਰ ਸਕਦੇ ਹੋ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜੂਗਾ। ਦੋਸਤੋ, ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਆਪਣੇ ਦੋਸਤਾਂ ਨਾਲ। ਇਹ ਦੋਨੋਂ ਡਿਪਾਰਟਮੈਂਟ ਦੇ ਆਫੀਸ਼ੀਅਲ ਨੋਟੀਫਿਕੇਸ਼ਨ ਹੋਣੇ ਆਉਣ ਵਾਲੇ ਨੇ, ਅਤੇ ਇੰਪੋਰਟੈਂਟ ਡੇਟਸ ਮੈਂ ਤੁਹਾਨੂੰ ਉਸੇ ਟਾਈਮ ਦੱਸਾਂਗਾ। ਮੇਰੇ ਦੋਨੋਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਅਤੇ ਚੈਨਲ ਦਾ ਲਿੰਕ ਵੀ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਬਾਕਸ 'ਚ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜੂਗਾ। ਜਲਦੀ ਮਿਲਾਂਗੇ ਦੋਸਤੋ ਨਿਊ ਭਰਤੀ ਲਈ ਨਿਊ ਨੋਟੀਫਿਕੇਸ਼ਨ ਨਾਲ।